ਇਸ ਨੂੰ ਅਸੀਂ ਨਾ ਸਮਝ ਸਕੇ ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਉੱਪਰ ਹਮਲੇ ਕਰਨ ਤੋਂ ਬਾਅਦ ਵਾਪਸ ਜਾ ਰਿਹਾ ਹੈ ਲਾਹੌਰ ਰੁਕਿਆ ਹੈ ਲਾਹੌਰ ਦੇ ਸੂਬੇਦਾਰ ਨੇ ਇੱਕ ਸਵਾਲ ਕਰਦਾ ਹੈ ਸਿੱਖੀ ਦੇ ਵਿੱਚ ਸਬਰ ਔਰ ਸ਼ੁਕਰ ਕਿਵੇਂ ਦਾ ਹੈ ਇੱਕ ਸਵਾਲ ਕਰਦਾ ਹੈ ਕਹਿੰਦਾ ਇਹ ਕੌਣ ਨੇ ਕਹਿੰਦਾ ਸਿੱਖ ਨੇ ਕਹਿੰਦਾ ਇਹਨਾਂ ਦਾ ਆਗੂ ਕੌਣ ਹੈ ਕਿਉਂਕਿ ਮੈਂ ਪਾਣੀਪਤ ਦੇ ਮੈਦਾਨ ਦੇ ਵਿੱਚ ਇੱਕ ਵਾਰੀ ਮਰਟਿਆਂ ਨੂੰ ਖਤਮ ਕੀਤਾ ਉਸ ਤੋਂ ਬਾਅਦ ਮੇਰੇ ਅੱਗੇ ਸਿਰ ਨਹੀਂ ਝੁਕ ਸਕਿਆ ਇਹ ਕੌਣ ਨੇ ਮੈਂ ਜਦੋਂ ਵੀ ਦਿੱਲੀ ਤੋਂ ਹਿੰਦੁਸਤਾਨ ਦੀ ਲੁੱਟਮਾਰ ਕਰਕੇ ਵਾਪਸ ਮੁੜਦਾ ਕਿਤੇ ਚੜਤ ਸਿੰਘ ਕਿਤੇ ਬਘੇਲ ਸਿੰਘ ਕਿਤੇ ਕਰਮ ਸਿੰਘ ਕਿਤੇ ਜੱਸਾ ਸਿੰਘ ਕਿਤੇ ਹਰੀ ਸਿੰਘ ਕੋਈ ਨਾ ਕੋਈ ਮੈਨੂੰ ਰਾਹ 'ਚ ਲੁੱਟ ਲੈਂਦਾ ਇਹ ਹੈ ਕੌਣ ਕਹਿੰਦਾ ਸਿੱਖ ਨੇ ਕਹਿੰਦਾ ਇਹਨਾਂ ਦਾ ਆਗੂ ਕੌਣ ਹੈ ਉਹ ਕਹਿੰਦਾ ਸ਼ੈਨ ਸ਼ਾਹ ਖੁਦ ਹੀ ਕੋਪਾਖਤ ਕਾਨ ਨਾ ਕਾਹੂ ਕੀ ਉਹ ਰਾਖਤ ਦੁਨੀਆਂ ਦੇ ਕਿਸੇ ਰਾਜੇ ਤੋਂ ਡਰਦੇ ਨਹੀਂ ਪਰ ਸਾਰੇ ਸ਼ੈਨਸ਼ਾ ਨੇ ਕਿਉਂਕਿ ਭਿਖਾਰੀ ਕੋਈ ਨਹੀਂ ਹੈ ਸ਼ੈਨਸ਼ਾ ਖੁਦ ਹੀ ਕੋ ਭਖਤ ਕਾਨ ਨਾ ਕਾਹੂ ਕੀ ਇਹ ਰਾਖਤ ਪਰ ਜਿਹੜਾ ਵੀ ਮੈਦਾਨੇ ਜੰਗ ਚ ਜਾਂਦਾ ਹੈ ਨਾ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਆਗੂ ਸਮਝਦਾ ਕਿਉਂਕਿ ਸਾਰੇ ਸ਼ੈਨਸ਼ਾ ਨੇ ਸਿੱਖ ਨੇ ਰਹਿੰਦੇ ਕਿੱਥੇ ਨੇ ਜੰਗਲ ਦੇ ਵਿੱਚ ਇਹਨਾਂ ਦਾ ਗੁਰੂ ਕਹਿੰਦਾ ਗੁਰੂ ਮੈਂ ਤੈਨੂੰ ਇੰਨਾ ਦੱਸ ਸਕਦਾ ਹਾਂ ਕਿ ਮੁਰਸ਼ਿਦ ਇਨਕਾ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਿਓ ਹੈ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਐਸਾ ਅੰਮ੍ਰਿਤ ਦੇ ਦਿੱਤਾ ਹੈ ਅਸੀਂ ਮਾਰ ਦੇ ਮਾਰ ਦੇ ਖੱਪ ਗਏ ਪਰ ਇਹ ਖਤਮ ਨਹੀਂ ਹੋਏ ਕਹਿੰਦਾ ਖਾਂਦੇ ਕਿੱਥੇ ਨੇ ਕਹਿੰਦਾ ਇਹਤ ਨਹੀਂ ਦੱਸ ਸਕਦਾ ਕਿ ਖਾਂਦੇ ਕਿੱਥੇ ਨੇ ਪਰ ਇਹ ਜ਼ਰੂਰ ਦੱਸ ਸਕਦਾ ਕਿ ਖਾਂਦੇ ਕਿਵੇਂ ਨੇ ਕਹਿੰਦਾ ਕਿਵੇਂ ਖਾਂਦੇ ਨੇ ਕਹਿੰਦਾ ਲੰਗਰ ਤਿਆਰ ਕਰਦੇ ਨੇ ਲੰਗਰ ਤਿਆਰ ਕਰਨ ਤੋਂ ਬਾਅਦ ਨਗਾਰਾ ਵਜਾਉਂਦੇ ਨੇ ਤੇ ਫਿਰ ਉੱਚੀ ਆਵਾਜ਼ ਚ ਕਹਿੰਦੇ ਨੇ ਭੁੱਖਾ ਦੇਤ ਆਵਾਜ਼ਾ ਕੋਈ ਆਵੋ ਦੇਗ ਤਿਆਰ ਗੁਰ ਹੋਈ ਉੱਚੀ ਆਵਾਜ਼ ਚ ਕਹਿੰਦੇ ਨੇ ਕਿ ਜੇ ਕੋਈ ਸਾਡੀ ਆਵਾਜ਼ ਦੁਸ਼ਮਣ ਵੀ ਸੁਣ ਰਿਹਾ ਹੈ ਤੇ ਸਾਡੇ ਲੰਗਰ ਦੇ ਵਿੱਚ ਆ ਕੇ ਛਕ ਲਵੇ ਸਾਡਾ ਲੰਗਰ ਤਿਆਰ ਹੈ ਭੁੱਖਾ ਦੇਤ ਆਵਾਜ਼ਾ ਕੋਈ ਆਵੋ ਦੇਗ ਤਿਆਰ ਗੁਰ ਹੋਈ ਅਹਿਮਦ ਸ਼ਾਹ ਅਬਦਾਲੀ ਹੱਸ ਪਿਆ ਕਹਿੰਦਾ ਬੜੇ ਅਜੀਬ ਨੇ ਲੰਗਰ ਆਪ ਤਿਆਰ ਕਰਦੇ ਨੇ ਜੰਗਲ 'ਚ ਬੈਠੇ ਹੁੰਦੇ ਨੇ ਦੁਸ਼ਮਣ ਤੋਂ ਘਿਰੇ ਹੁੰਦੇ ਨੇ ਤੇ ਫਿਰ ਦੁਸ਼ਮਣ ਨੂੰ ਹੀ ਆਵਾਜ਼ ਮਾਰ ਕੇ ਕਹਿੰਦੇ ਨੇ ਲੰਗਰ ਆ ਕੇ ਸ਼ੱਕ ਲੈ। ਕਹਿੰਦਾ ਹਾਂ ਬਿਲਕੁਲ। ਕਹਿੰਦਾ ਜੇ ਦੁਸ਼ਮਣ ਆ ਜਾਵੇ ਕਹਿੰਦਾ ਆ ਜਾਵੇ। ਕਹਿੰਦਾ ਜੇ ਆ ਕੇ ਲੰਗਰ ਸ਼ੱਕ ਲਵੇ ਤੇ ਕਹਿੰਦਾ ਸ਼ੱਕ ਲਵੇ। ਕਹਿੰਦਾ ਜੇ ਦੁਸ਼ਮਣ ਦੇ ਸਿਪਾਰੀ ਆ ਕੇ ਸਾਰਾ ਹੀ ਲੰਗਰ ਛੱਕ ਜਾਣ ਤੇ ਇਹਨਾਂ ਦੇ ਵਾਸਤੇ ਕੁਝ ਵੀ ਨਾ ਬਚੇ ਤਾਂ ਲਾਹੌਰ ਦੇ ਸੂਬੇ ਨੇ ਜਵਾਬ ਬੜਾ ਪਿਆਰਾ ਦਿੱਤਾ ਜਿਸ ਨੂੰ ਪੰਥ ਪ੍ਰਕਾਸ਼ ਦੇ ਲਖਾਰੀ ਨੇ ਲਿਖਿਆ ਹੈ ਕਹਿੰਦਾ ਬੱਚੇ ਤੋਂ ਦਾਣਾ ਆਪ ਖਲੇ ਹੈ ਨਹੀਂ ਤਾਂ ਲੰਗਰ ਮਸਤ ਬਤੇ ਹੈ ਕਹਿੰਦਾ ਜੇ ਦਾਣਾ ਬਚ ਜਾਵੇ ਤੇ ਖਾਂਦੇ ਨੇ ਨਹੀਂ ਤੇ ਸਬਰ ਕਰਕੇ ਇੱਕ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਨੇ ਕਿ ਸ਼ੁਕਰ ਹੈ ਸਾਡੇ ਦੁਸ਼ਮਣ ਨੇ ਤੇ ਰੋਟੀ ਖਾ ਲਈ ਇਹ ਸਿੱਖੀ ਦਾ ਸਬਰ ਔਰ ਸ਼ੁਕਰ ਹੈ ਕਿ ਕੇਵਲ ਅਮੰਦ ਦੇ ਵਿੱਚ ਨਹੀਂ ਬਲਕਿ ਮੈਦਾਨੇ ਜੰਗ ਦੇ ਵਿੱਚ ਵੀ ਵੰਡ ਕੇ ਸ਼ੱਕਦੇ ਨੇ ਇਹ ਸਿੱਖੀ ਦਾ ਸਬਰ ਔਰ ਸ਼ੁਕਰ ਹੈ ਜਦੋਂ ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠੇ ਹੁੰਨੇ ਸਾਡੀ ਮੰਗ ਇਹ ਹੋਣੀ ਚਾਹੀਦੀ ਹੈ ਕਿ ਸਾਨੂੰ ਇਸ ਸਬਰ ਔਰ ਸ਼ੁਕਰ ਦੀ ਦਾਤ ਸਾਡੀ ਝੋਲੀ ਚ ਪੈ ਜਾਵੇ। ਦੁਨਿਆਵੀ ਮੰਗਾਂ ਤਾਂ ਸਾਡੀਆਂ ਬਹੁਤ ਹੁੰਦੀਆਂ ਨੇ। ਤੇ ਗੁਰਦੇਵ ਪਾਸ਼ਾ